ਕੋਲਡ ਡਰਿੰਕ ਵਗੈਰਾ ਉਹ ਫਰਕ ਹੀ ਜੋ ਮੈਨੂੰ ਕੋਲਡ ਡਰਿੰਕ ਪੀ ਉਸ ਮੈਨੂੰ ਪਤਾ ਕੋਲਡ ਡਰਿੰਕ 'ਚ ਕਿਆ ਮੈਂ ਪੀ ਕੇ ਬੇਹੋਸ਼ ਹੋਈ ਜਦੋਂ ਉਹਨੂੰ ਹੋਸ਼ ਆਇਆ ਮੇਰੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ ਕੋਲਡ ਡਰਿੰਕ ਤੁਸੀਂ ਆਪਣੇ ਘਰੋਂ ਕੱਢੀ ਸੀ ਜਾਂ ਉਹ ਲੈ ਕੇ ਆਏ ਸੀ ਅੱਛਾ ਦੋ ਕੋਲਡ ਡਰਿੰਕ ਐਂਡ ਚੋਕਲੇਟ ਸੀ ਜਦੋਂ ਲੈ ਲਿਆ ਸਾਲ ਤੋਂ ਉੱਤੇ ਹੋ ਚੁੱਕਾ ਹੈ ਤੇ ਤੁਸੀਂ ਹੁਣ ਜਾ ਕੇ ਕਿਉਂ ਬੋਲੇ ਕਿਉਂਕਿ ਹੁਣ ਸਰ ਹੱਥ ਪਾਣੀ ਕਹਿੰਦੇ ਨਾ ਸਰ ਤੇ ਉੱਪਰ ਹੋ ਜਾਂਦਾ ਉਹੀ ਬਲੈਕਿੰਗ ਨੂੰ ਉਹਦੇ ਭਾਈ ਨੇ ਵੀ ਸ਼ੁਰੂ ਕਰ ਦਿੱਤੀ ਮੇਰੇ ਨਾਲ ਇਸ ਅਪ੍ਰੈਲ ਮੇਰੀ ਦੁਕਾਨ ਤੇ ਆਇਆ 2019 ਚ ਉਹਨੇ ਵੀ ਉਹੀ ਸਭ ਸਬਜ਼ੀ ਦਿਖਾਈ ਕਿ ਮੇਰੇ ਭਾਈ ਨੇ ਮੈਨੂੰ ਉਹ ਵੀਡੀਓ ਵਗੈਰਾ ਮੈਨੂੰ ਦਿੱਤੀ ਹੈ ਮੈਂ ਸਿਰਫ ਤੇਰੇ ਨਾਲ ਇੱਕ ਵਾਰ ਰਿਲੇਸ਼ਨਸ਼ਿਪ ਬਣਾਉਣਾ ਚਾਹੁੰਦਾ ਉਹਦੇ ਬਾਅਦ ਮੈਂ ਤੈਨੂੰ ਵੀਡੀਓ ਫੋਟੋ ਵਗੈਰਾ ਸਾਰੀ ਦੇ ਦਿਆਂਗਾ 3 ਅਪ੍ਰੈਲ ਨੂੰ ਚੰਡੀਗੜ੍ਹ ਬੁਲਾਇਆ ਸੈਕਟਰ 42 ਦੇ ਮਾਡਰਨ ਹੋਟਲ 'ਚ ਮੈਨੂੰ ਲੈ ਕੇ ਗਿਆ ਹੁਣ ਮੈਂ ਸਾਡੇ ਯੋਨ ਸੰਬੰਧ ਬਣਾਇਆ ਹੈ ਮੈਂ ਆਪਣੀ ਕੋਈ ਸਭ ਚੀਜ਼ਾਂ ਸੇ ਵਾਪਸ ਮੰਗੀ ਹੈ ਕਿ ਮੈਂ ਸਾਨੂੰ ਡਿਲੀਟ ਕਰੀਆ ਮੁਝੇ ਦੇ ਦੇ ਤਾਂ ਉਹ ਹੱਸਣੇ ਲਗਾ ਉਸਨੇ ਕਹਾ ਇਹ ਤਾਂ ਹਮਾਰਾ ਪਲਾਨ ਤਾਂ ਕਿ ਤੂੰ ਅੱਗੇ ਜਾ ਕੇ ਹਮਾਰੇ ਖਿਲਾਫ ਕੋਈ ਆਵਾਜ਼ ਨਾ ਉਠਾ ਸਕੇ ਔਰ ਅਬ ਤੁਝੇ ਜਹਾਂ ਹਮ ਚਾਹੇਂਗੇ ਵਹਾਂ ਤੁਝੇ ਜਾਣਾ ਹੋਗਾ ਜਿਸਕੇ ਸਾਥ ਭੇਜੇਂਗੇ ਵਹਾਂ ਤੂੰ ਜਾਏਗੀ ਸਿਆਣੇ ਕਹਿੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਧੀਆਂ ਭੈਣਾਂ ਹੁੰਦੀਆਂ ਨੇ ਉਹ ਬਗਾਨੀਆਂ ਧੀਆਂ ਭੈਣਾਂ 'ਤੇ ਮਾੜੀ ਨਜ਼ਰ ਨਹੀਂ ਰੱਖਦੇ ਪਰ ਅਫਸੋਸ ਅੱਜ ਵੀ ਸਾਡੇ ਸਮਾਜ ਦੇ ਵਿੱਚ ਕੁਝ ਅਜਿਹੇ ਦਰਿੰਦੇ ਫਿਰਦੇ ਨੇ ਜੋ ਯਾਰ ਮਾਰ ਕਰਦੇ ਨੇ ਸਾਡੇ ਨਾਲ ਇਸ ਵੇਲੇ ਇੱਕ ਅਜਿਹੀ ਪੀੜਤਾ ਮੌਜੂਦ ਨੇ ਜਿਨ੍ਹਾਂ ਦੇ ਪਤੀ ਅਤੇ ਦੋਸਤ ਨੇ ਹੀ ਉਹਨਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਫਿਰ ਵੀਡੀਓ ਬਣਾਈ ਫਿਰ ਬਲੈਕਮੇਲ ਕੀਤਾ ਗੱਲਬਾਤ ਕਰਾਂਗੇ ਪੂਰੀ ਮਾਮਲਾ ਕੀ ਹੈ ਮੈਡਮ ਮਾਮਲਾ ਕੀ ਹੈ ਪੂਰਾ ਕਦੋਂ ਤੋਂ ਇਹ ਸ਼ੁਰੂ ਹੋਇਆ ਸਰ ਅਪ੍ਰੈਲ 2018 ਦੀ ਗੱਲ ਹੈ ਜਦੋਂ ਫੇਸਬੁੱਕ 'ਤੇ ਫਰੈਂਡ ਬਣਿਆ ਉਹਦੇ ਬਾਅਦ ਸਾਡੇ ਅਸੀਂ ਕੁਛ ਮੈਸੇਜ ਕਰੇ ਫਰੈਂਡ ਤੌਰ ਪਰ ਆਉਣ ਲਈ ਉਹਦੇ ਬਾਅਦ ਉਹ ਮੇਰੇ ਘਰ ਆਇਆ ਘਰ ਆਉਣ ਕੇ ਬਾਅਦ ਉਹਨੇ ਮੇਰੇ 'ਤੇ ਕੋਲਡ ਡਰਿੰਕ ਵਗੈਰਾ ਔਫਰ ਕੀ ਜੋ ਮੈਨੇ ਕੋਲਡ ਡਰਿੰਕ ਪੀ ਉਸ ਮੈਨੂੰ ਪਤਾ ਤਾਂ ਕੋਲਡ ਡਰਿੰਕ 'ਚ ਕਿਆ ਮੈਂ ਪੀ ਕੇ ਬੇਹੋਸ਼ ਹੋਈ ਜਦ ਮੈਨੂੰ ਹੋਸ਼ ਆਇਆ ਮੇਰੇ ਸਰੀਰ 'ਤੇ ਕੋਈ ਕੱਪੜਾ ਨਹੀਂ ਸੀ ਉਸਕੇ ਬਾਅਦ ਮੈਂ ਉਹਨੂੰ ਫੋਨ ਕਰਿਆ ਉਹਨੇ ਮੇਰਾ ਫੋਨ ਨਹੀਂ ਚੱਕਿਆ 2 ਦਿਨ ਬਾਅਦ ਉਹ ਮੇਰੀ ਸ਼ੋਪ ਪਰ ਆ ਕੇ ਉਹਨੇ ਮੈਨੂੰ ਵੀਡੀਓ ਫੋਟੋ ਦਿਖਾਈ ਔਰ ਮੈਨੂੰ ਇਹ ਕਿਹਾ ਕਿ ਮੈਨੂੰ ਲੌਂਗ ਟਰਮ ਲਈ ਅਗਰ ਮੈਨੇ ਉਸਕੇ ਸਾਥ ਰਿਲੇਸ਼ਨ ਨਹੀਂ ਬਣਾਇਆ ਤਾਂ ਇਹ ਵੀਡੀਓ ਮੇਰੀ ਵਾਇਲੈਂਸ ਕਰ ਦੇਗਾ ਮੇਰੇ ਪਰਿਵਾਰ ਨੂੰ ਪਿੰਡ ਵਾਲਿਆਂ ਨੂੰ ਦਿਖਾ ਕੇ ਮੈਨੂੰ ਬਦਨਾਮ ਕਰਕੇ ਪਿੰਡ 'ਤੇ ਨਿਕਲਵਾ ਦੂਗਾ ਵੀ ਮੈਂ ਲੰਬੜਦਾਰ ਹਾਂ ਮੇਰੀ ਉਹਦੇ ਚੱਲਦੀ ਹੈ ਇਹ ਫੇਸਬੁੱਕ 'ਤੇ ਫਰੈਂਡ ਕਿਵੇਂ ਬਣਿਆ ਤੁਸੀਂ ਪਹਿਲਾਂ ਉਹਨੂੰ ਜਾਣਦੇ ਹੋ ਹਾਂਜੀ ਜਾਣਦੇ ਸੀਗੇ ਉਹ ਘਰ ਆਉਂਦੇ ਜਾਂਦੇ ਸੀ ਸਾਡੇ ਚੰਗੀ ਤਰ੍ਹਾਂ ਉਹਨਾਂ ਦੇ ਸਿਰਫ ਇੱਕ ਹੈਲੋ ਦਾ ਔਫਰ ਆਇਆ ਤਾਂ ਫੇਸਬੁੱਕ ਪਰ ਜੋ ਮੈਨੇ ਸਿਰਫ ਉਸਕਾ ਹੈਲੋ ਕੇ ਬਦਲੇ ਹੈਲੋ ਹੀ ਜਵਾਬ ਦਿੱਤਾ ਬਸ ਇਸਕੇ ਇਲਾਵਾ ਅਤੇ ਕੋਲਡ ਡਰਿੰਕ ਜਦੋਂ ਤੁਸੀਂ ਕਹਿ ਰਹੇ ਹੋ ਕੋਲਡ ਡਰਿੰਕ ਦੇ ਵਿੱਚ ਉਹਨਾਂ ਨੇ ਕੁਝ ਮਿਲਾਇਆ ਤੁਹਾਨੂੰ ਪਾਇਆ ਉਸ ਤੋਂ ਬਾਅਦ ਤੁਹਾਨੂੰ ਕੋਈ ਹੋਸ਼ ਨਹੀਂ ਰਿਹਾ ਕੋਲਡ ਡਰਿੰਕ ਤੁਸੀਂ ਆਪਣੇ ਘਰੋਂ ਕੱਢੀ ਸੀ ਜਾਂ ਉਹ ਲੈ ਕੇ ਆਏ ਸੀ ਨਾਲ ਲੈ ਕੇ ਆਏ ਸੀ ਉਹਦੇ ਹੱਥ 'ਚ 2 ਕੋਲਡ ਡਰਿੰਕ ਐਂਡ ਚੋਕਲੇਟ ਸੀਗੀ ਜਦੋਂ ਲੈ ਕੇ ਆਇਆ ਅਤੇ ਕਦੋਂ ਦੀ ਗੱਲ ਹੈ ਸਰ ਅਪ੍ਰੈਲ 2018 ਦੀ ਗੱਲ ਹੈ ਫਿਰ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਸਰ ਉਹਦੇ ਬਾਅਦ ਬਸ ਇਹੀ ਆਪਣਾ ਪਰਿਵਾਰ ਕਾ ਡਰ ਇੱਜ਼ਤ ਕਾ ਡਰ ਸਿਰਫ ਜੋ ਚੀਜ਼ ਉਸਨੇ ਮੈਨੂੰ ਦਿਖਾਈ ਦੀ ਅਗਰ ਉਹ ਆਜ ਕੇ ਮੈਂ ਕਿਸੇ ਕੋ ਦਿਖਾ ਦਿੱਤਾ ਤਾਂ ਸ਼ਾਇਦ ਮੈਂ ਕਹੀਂ ਕਿ ਵੀ ਨਹੀਂ ਰਹਿਤੀ ਮੇਰਾ ਪਰਿਵਾਰ ਮੈਨੂੰ ਸ਼ਾਇਦ ਛੋੜ ਦਿੱਤਾ ਸੀ ਇਸੀ ਡਰ 'ਤੇ ਮੈਂ ਅੱਜ ਤੱਕ ਉਸਕੀ ਬਲੈਕਮੇਲਿੰਗ ਦਾ ਸ਼ਿਕਾਰ ਹੋਤੀ ਰਹੀ ਲੇਕਿਨ ਹੁਣ ਕਰੀਬ ਕਰੀਬ ਸਾਲ ਤੋਂ ਉੱਤੇ ਹੋ ਚੁੱਕਾ ਹੈ ਅਤੇ ਤੁਸੀਂ ਹੁਣ ਜਾ ਕੇ ਕਿਉਂ ਬੋਲੇ ਕਿਉਂਕਿ ਹੁਣ ਸਰ ਹੱਥ ਪਾਣੀ ਕਹਿੰਦੇ ਨਾ ਸਰ 'ਤੇ ਉੱਪਰ ਹੋ ਜਾਂਦਾ ਉਹੀ ਬਲੈਕਮੇਲਿੰਗ ਉਹਦੇ ਭਾਈ ਨੇ ਵੀ ਸ਼ੁਰੂ ਕਰ ਦਿੱਤੀ ਮੇਰੇ ਨਾਲ ਸੋਹਣ ਲਾਲ ਨੇ ਜਿਸਕੇ ਚਲਤੇ ਫਿਰ ਮੈਨੂੰ ਮਜਬੂਰਨ ਹੋ ਕੇ ਕੰਪਲੇਂਟ ਕਰਨੀ ਪਈ ਤੁਹਾਡੇ ਨਾਲ ਸਭ ਤੋਂ ਪਹਿਲਾਂ ਜੋ ਜਿਨਸੀ ਸ਼ੋਸ਼ਣ ਕਿਸਨੇ ਕੀਤਾ ਰਾਜਕੁਮਾਰ ਅਤੇ ਉਸਦੇ ਭਰਾ ਨੇ ਵੀ ਕੀਤਾ ਫਿਰ ਬਾਅਦ ਚੋਂ ਹਾਂਜੀ ਉਹਦਾ ਨਾਮ ਕੀ ਹੈ ਸੋਹਣ ਲਾਲ ਸਰ ਸੋਹਣ ਲਾਲ ਉਹਦਾ ਨਾਮ ਉਹ 30 ਅਪ੍ਰੈਲ ਨੂੰ ਮੇਰੀ ਦੁਕਾਨ 'ਤੇ ਆਇਆ 2019 ਚ ਉਹਨੇ ਵੀ ਉਹੀ ਸਭ ਚੀਜ਼ ਦਿਖਾਈ ਕਿ ਮੇਰੇ ਭਾਈ ਨੇ ਮੈਨੂੰ ਉਹ ਵੀਡੀਓ ਵਗੈਰਾ ਮੈਨੂੰ ਦਿੱਤੀ ਹੈ ਮੈਂ ਸਿਰਫ ਤੇਰੇ ਨਾਲ ਇੱਕ ਵਾਰ ਰਿਲੇਸ਼ਨਸ਼ਿਪ ਬਣਾਉਣਾ ਚਾਹੁੰਦਾ ਉਹਦੇ ਬਾਅਦ ਮੈਂ ਤੈਨੂੰ ਵੀਡੀਓ ਫੋਟੋ ਵਗੈਰਾ ਸਾਰੀ ਦੇ ਦਾਂਗਾ
ਜਿਸ ਕੇ ਚਲਤੇ ਮੈਨੂੰ ਮਜਬੂਰ ਹੋ ਗਿਆ ਉਹਦੇ ਨਾਲ ਗੱਲ ਕਰਨੀ ਪਈ। ਅਗਲੇ ਦਿਨ ਉਹਨੇ ਮੈਨੂੰ ਫੋਨ ਕਰਿਆ 11:30 ਕੇ ਵਿੱਚ ਮੈਂ, ਜਿਸ ਮੈਂ ਇੱਕ ਕਾਲ ਮੈਂ ਤਾਂ ਮੈਂ ਉਸੇ ਕਾਫੀ ਸੁਣਾਇਆ ਹੈ ਕਿ ਮੇਰੇ ਤੇ ਸਾਥ ਇਹ ਸਭ ਨਹੀਂ ਕਰਨਾ। ਉਸਕੇ ਬਾਅਦ ਫੋਨ ਕੱਟ ਕੇ ਉਸਨੇ ਦੁਬਾਰਾ ਮੁਝੇ ਫੋਨ ਕੀਆ ਔਰ ਮੁਝੇ ਇਹ ਕਹਾ ਕਿ ਮੁਝੇ ਇਸ ਤਰ੍ਹਾਂ ਸੇ ਬਾਤ ਕਰਨੀ ਹੈ ਜਿਸ ਤਰ੍ਹਾਂ ਮੈਂ ਆਪਣੀ ਮਰਜ਼ੀ ਸੇ ਉਸਸੇ ਬਾਤ ਕਰ ਰਹੀ ਹੂੰ। ਤਬ ਮੈਂ ਮਜਬੂਰ ਹੋ ਕੇ ਮੈਨੇ ਉਸਸੇ ਬਾਤ ਕੀ ਹੈ। ਤਬ ਉਸਨੇ 3 ਅਪ੍ਰੈਲ ਕੋ ਮੁਝੇ ਚੰਡੀਗੜ੍ਹ ਬੁਲਾਇਆ ਸੈਕਟਰ 17 ਮੈਂ। ਮੈਂ ਵਹਾਂ ਗਈ, ਉਸਕੇ ਬਾਅਦ ਉਹ ਸੈਕਟਰ 42 ਕੇ ਮਾਡਰਨ ਹੋਟਲ 'ਚ ਮੈਨੂੰ ਲੈ ਕੇ ਗਿਆ। ਉਹਨੇ ਮੇਰੇ ਸਾਥ ਯੋਨ ਸੰਬੰਧ ਬਣਾਇਆ। ਜਦੋਂ ਮੈਂ ਆਪਣੀ ਉਹੀ ਸਭ ਚੀਜ਼ਾਂ ਉਸਸੇ ਵਾਪਸ ਮੰਗੀ ਹੈ ਕਿ ਮੇਰੇ ਸਾਹਮਣੇ ਡਿਲੀਟ ਕਰੀਆ ਮੁਝੇ ਦੇ ਦੇ, ਤਬ ਉਹ ਹੱਸਣੇ ਲਗਾ। ਉਸਨੇ ਕਹਾ ਇਹ ਤਾਂ ਹਮਾਰਾ ਪਲੈਨ ਤਾ ਕਿ ਤੂੰ ਅੱਗੇ ਜਾ ਕੇ ਹਮਾਰੇ ਖਿਲਾਫ ਕੋਈ ਆਵਾਜ਼ ਨਾ ਉਠਾ ਸਕੇ, ਅਗਰ ਤੂੰ ਉਠਾਤੀ ਵੀ ਹੈ ਤਾਂ ਹਮ ਤੁਝੇ ਵੈਸ਼ਿਆ ਕਰਾਰ ਕਰ ਦੇਂਗੇ ਔਰ ਅਬ ਤੁਝੇ ਜਹਾਂ ਹਮ ਚਾਹੇਂਗੇ ਵਹਾਂ ਤੁਝੇ ਜਾਣਾ ਹੋਗਾ, ਜਿਸਕੇ ਸਾਥ ਭੇਜੇਂਗੇ ਵਹਾਂ ਤੂੰ ਜਾਏਗੀ। ਇਹ ਗੱਲ ਕਿਸਨੇ ਕਹੀ ਵੀ ਜਿੱਥੇ ਅਸੀਂ ਕਹਾਂਗੇ ਵੀ ਤੁਹਾਨੂੰ ਜਾਣਾ ਪੈਣਾ? ਸੋਹਨ ਲਾਲ ਸਰ, ਸੋਹਨ ਲਾਲ ਨੇ ਕਿਹਾ ਮੈਨੂੰ ਇਹ ਸਭ। ਤੁਹਾਨੂੰ ਲੱਗਦਾ ਨਹੀਂ ਤੁਸੀਂ ਬਹੁਤ ਦੇਰ ਕਰਤੀ? ਜੇ ਤੁਸੀਂ ਉਦੋਂ ਹੀ ਪਿਛਲੇ ਸਾਲ ਜਦੋਂ ਪਹਿਲੀ ਵਾਰ ਉਸਨੇ ਤੁਹਾਨੂੰ ਬਲੈਕਮੇਲ ਕੀਤਾ, ਜਿਨਸੀ ਸ਼ੋਸ਼ਣ ਕੀਤਾ, ਤੁਸੀਂ ਉਦੋਂ ਆਵਾਜ਼ ਚੁੱਕੀ ਹੁੰਦੀ, ਸ਼ਾਇਦ ਉਹਨਾਂ ਦੇ ਹੌਸਲੇ ਇੰਨੀ ਬੁਲੰਦ ਨਾ ਹੁੰਦੇ। ਸਰ ਮੈਂ ਸਮਝਦੇ, ਦੇਰ ਹੋ ਗਈ ਹੈ ਸਰ, ਮੈਨੂੰ ਕਈ ਵਾਰ ਕਿਹਾ ਮੈਂ ਤੇਰੇ ਥਾਣੇ ਮੈਂ ਰਿਪੋਰਟ ਕਰਾ ਦਾਂਗੀ, ਤੇਰੀ ਕੰਪਲੇਂਟ ਕਰਾ ਦਾਂਗੀ, ਪਰ ਮੈਨੂੰ ਮੈਂ ਜਾਣਦੀ ਸੀ ਸਰ ਥਾਣਾ ਉਸੀ ਦਾ ਹੀ ਹੈ, ਉੱਥੇ ਚੱਲਦੀ ਹੈ ਉਹਦੀ। ਉਹ ਆਪ ਕਹਿੰਦਾ ਮੈਂ ਨਾਲ ਚੱਲਦਾ, ਲਿਖਵਾ ਦੇ ਰਿਪੋਰਟ ਜਿਹੜੀ ਲਿਖਵਾਉਣੀ ਹੈ, ਮਿਲਣੇ ਜਿਹਨੂੰ ਮਿਲਣਾ ਹੈ ਵੀ ਤੇਰੀ ਉੱਥੇ ਕੋਈ ਨਹੀਂ ਸੁਣੂਗਾ। ਉਹੀ ਗੱਲ ਸੱਚ ਹੋਈ ਸਰ, 4 ਮਹੀਨੇ ਹੋ ਗਏ, ਹੁਣ ਵੀ ਕਿਹੜਾ ਪੁਲਿਸ ਮੇਰੀ ਸੁਣ ਰਹੀ ਹੈ? 2 ਕੰਪਲੇਂਟਾਂ ਦੇਖ ਚੁੱਕੀ ਹਾਂ ਮੈਂ, ਰਿਮਾਈਂਡਰ, RTI, ਮੈਨੂੰ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ। ਕਿਹੜੇ ਪੁਲਿਸ ਥਾਣੇ ਤੁਸੀਂ ਕੰਪਲੇਂਟ ਲਿਖਵਾਈ ਹੈ? ਸਰ ਬਲਾਕ ਮਾਜਰੀ ਥਾਣੇ 'ਚ। ਅਤੇ ਹੁਣ ਤੁਸੀਂ SSP ਸਾਹਿਬ ਕੋਲ ਆਏ ਹੋ, ਹਾਂਜੀ, ਗੱਲਬਾਤ ਹੋਈ ਕਿ ਨਹੀਂ? ਸਰ ਅਭੀ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ। ਅਤੇ ਹੁਣ ਵੀ ਉਹ ਬਲੈਕਮੇਲ ਕਰ ਰਹੇ ਨੇ? ਨਹੀਂ ਸਰ, ਜਬ ਸੇ ਮੈਂ ਕੰਪਲੇਂਟ ਕਰੀ ਹੈ ਤਬ ਸੇ ਕੰਟੈਕਟ ਬੰਦ ਹੈ ਉਹਨਾਂ ਦਾ। ਇਹ ਉਹ ਵੀਡੀਓ ਉਹਨਾਂ ਨੇ ਕਦੀ ਤੁਹਾਨੂੰ ਵਿਖਾਈ ਜੋ ਉਹਨਾਂ ਨੇ ਬਣਾਈ ਸੀ? ਹਾਂਜੀ ਸਰ, ਉਹਨਾਂ ਨੇ ਆਪਣੇ ਫੋਨ ਮੈਂ ਮੈਨੂੰ ਦਿਖਾਈ ਹੈ। ਤੁਹਾਡੇ ਹਸਬੈਂਡ ਤੁਹਾਡੇ ਨਾਲ ਨੇ? ਹਾਂਜੀ, ਮੇਰੇ ਹਸਬੈਂਡ ਮੇਰੇ ਨਾਲ ਹੈ। ਤਾਂ ਅਜਿਹਾ ਇੱਕ ਮਾਮਲਾ ਹੈ, ਬੰਦਿਆਂ ਨੇ ਪਹਿਲਾਂ ਜਿਨਸੀ ਸ਼ੋਸ਼ਣ ਕੀਤਾ, ਇਹਨਾਂ ਦੇ ਹਸਬੈਂਡ ਦੇ ਹੀ ਉਹ ਦੋਸਤ ਨੇ ਫੇਸਬੁੱਕ 'ਤੇ ਫਰੈਂਡ ਰਿਕੁਐਸਟ ਭੇਜੀ, ਫੇਸਬੁੱਕ ਤੋਂ ਹਾਏ ਹੈਲੋ ਸ਼ੁਰੂ ਹੋਈ, ਫਿਰ ਘਰ ਤੱਕ ਮਾਮਲਾ ਪਹੁੰਚਿਆ, ਘਰ ਕੋਲਡ ਡਰਿੰਕ ਲੈ ਕੇ ਆਏ, ਇਹਨਾਂ ਦੀ ਮੰਨੀ ਤਾਂ ਕੋਲਡ ਡਰਿੰਕ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਮਿਲਾ ਕੇ ਇਹਨਾਂ ਨੂੰ ਪਿਲਾਇਆ, ਇਹ ਬੇਹੋਸ਼ ਹੋ ਗਏ। ਜਦੋਂ ਉੱਠੇ ਤਾਂ ਉਹ ਦ੍ਰਿਸ਼ ਜੋ ਹੈ ਬਿਆਨ ਕਰਨ ਜੋਗਾ ਨਹੀਂ, ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਮੁਤਾਬਕ 4 ਮਹੀਨੇ ਹੋ ਚੁੱਕੇ ਨੇ ਪੁਲਿਸ ਥਾਣੇ 'ਤੇ ਚੱਕਰ ਲਗਾਉਂਦਿਆਂ, ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹਾਰ ਕੇ ਅੱਜ ਇਹ SSP ਆਫਿਸ ਪਹੁੰਚੇ ਨੇ। SSP ਕੁਲਦੀਪ ਚਾਹਲ ਵਾਪਸ ਮੋਹਾਲੀ ਦੇ ਵਿੱਚ ਆਏ ਨੇ। ਹੁਣ ਵੇਖਣਾ ਦਿਲਚਸਪ ਰਹੇਗਾ ਕਿ ਆਖਰ SSP ਸਾਹਿਬ ਕੋਲ ਪਹੁੰਚੀ ਇਹ ਫਰਿਆਦ 'ਤੇ ਕੋਈ ਕਾਰਵਾਈ ਹੋਵੇਗੀ, ਜਾਂ ਫਿਰ ਉਹ ਬਦਮਾਸ਼ ਇੰਝ ਹੀ ਹੋਰ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਰਹਿਣਗੇ। ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਮੋਹਾਲੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।